ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਿਮਰਜੀਤ ਸਿੰਘ ਬੈਂਸ, ਲੋਕ ਇਨਸਾਫ ਪਾਰਟੀ ਪ੍ਰਧਾਨ, ਜੋ ਅਕਸਰ ਜਾਣੇ ਜਾਂਦੇ ਨੇ, ਜਿੱਥੇ ਵੀ ਕਿਤੇ ਰਿਸ਼ਵਤਖੋਰੀ ਹੋ ਰਹੀ ਹੋਵੇ ਉੱਥੇ ਸਭ ਤੋਂ ਪਹਿਲਾਂ ਧੜੱਲੇ ਨਾਲ ਪਹੁੰਚ ਕੇ ਰਿਸ਼ਵਤਖੋਰ ਅਫਸਰਾਂ ਨੂੰ ਬੇਨਕਾਬ ਕਰਦੇ ਨੇ। ਪਰ ਹੁਣ ਇਹਨਾਂ ਨੇ ਪੰਜਾਬ ਤੋਂ ਬਾਅਦ ਰੇਡ ਬਾਈ IGI ਏਅਰਪੋਰਟ ਦਿੱਲੀ ਤੇ, ਜੀ ਹਾਂ, ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ, ਜਿੱਥੇ ਜ਼ਿਆਦਾਤਰ ਪੰਜਾਬ ਦੀ ਆਵਾਮ ਵਿਦੇਸ਼ਾਂ ਤੋਂ ਆਉਂਦੀ ਹੈ ਅਤੇ ਵਿਦੇਸ਼ ਜਾਂਦੀ ਹੈ। ਜਦੋਂ ਇੱਕ ਮੁਸਲਮਾਨ ਵੀਰ ਨੇ ਆਪਣੀ ਹੱਡ ਬੀਤੀ ਸਿਮਰਜੀਤ ਸਿੰਘ ਬੈਂਸ ਨੂੰ ਆ ਕੇ ਦੱਸੀ ਕਿ ਏਅਰਪੋਰਟ ਤੇ ਉਸਦੇ ਨਾਲ ਕੀ ਭਾਣਾ ਵਾਪਰਿਆ ਅਤੇ ਕਿਸ ਤਰੀਕੇ ਨਾਲ ਉਸਨੂੰ ਲੁੱਟਿਆ ਗਿਆ ਏਅਰਪੋਰਟ ਦੇ ਉੱਤੇ, ਤਾਂ ਉਸ ਤੋਂ ਬਾਅਦ ਸਿਮਰਜੀਤ ਸਿੰਘ ਬੈਂਸ ਤੋਂ ਰੁਕਿਆ ਨਾ ਗਿਆ ਅਤੇ ਉਹਨਾਂ ਨੇ ਇੰਟਰਨੈਸ਼ਨਲ ਏਅਰਪੋਰਟ ਉੱਤੇ ਬੈਠੇ ਰਿਸ਼ਵਤਖੋਰ ਕਸਟਮ ਅਫਸਰਾਂ ਨੂੰ ਬੇਨਕਾਬ ਕਰਨ ਦੀ ਠਾਣ ਲਈ ਅਤੇ ਉਹ ਉਹਨਾਂ ਨੇ ਕੀਤਾ ਵੀ। ਆਖਿਰ ਕਿੱਦਾਂ, ਆਓ ਦੇਖਦੇ ਹਾਂ। ਸ਼ੁਕਰੀਆ ਅਦਾ ਕਰਦਾ ਮੈਂ ਆ ਕੇ ਬੈਠਿਆ, ਕਿਉਂਕਿ ਕੱਲ੍ਹ ਮੇਰੇ ਸਤਿਕਾਰਯੋਗ ਪਿਤਾ ਜੀ ਦਾ ਡੈਥ ਤੋਂ ਬਾਅਦ ਉਹਨਾਂ ਦਾ ਅੰਤਮ ਅਰਦਾਸ ਸੀਗੀ ਅਤੇ ਤੁਸੀਂ ਉਹਦੇ ਵਾਸਤੇ ਹਮਦਰਦੀ ਭਰੇ ਲਫ਼ਜ਼ ਮੇਰੇ ਨਾਲ ਸਾਂਝੇ ਕੀਤੇ ਆ। ਮੈਂ ਰਿਣੀ ਹਾਂ ਤੁਹਾਡਾ ਸਾਰਿਆਂ ਦਾ। ਸੋ ਅੱਜ ਮਲੇਰਕੋਟਲਾ ਆਉਣ ਦਾ, ਤੁਹਾਡੇ ਦਰਸ਼ਨ ਕਰਨ ਦਾ, ਤੁਹਾਡਾ ਕੀਮਤੀ ਸਮਾਂ ਲੈਣ ਦਾ ਸਵਾਬ ਹੈਗਾ। ਇਹ ਦੋਸਤ ਬੈਠੇ ਜਿਹੜੇ ਤੁਹਾਡੇ ਸ਼ਹਿਰ ਤੋਂ ਨੇ, ਅਬਦੁਲ ਲਤੀਫ ਜੀ, ਇਹਨਾਂ ਦੇ ਬ੍ਰਦਰ ਹੈਗੇ। ਇਹ ਮੇਰੇ ਕੋਲ ਤਕਰੀਬਨ ਮੇਰਾ ਖਿਆਲ 24 ਤਰੀਕ ਤੋਂ, ਕਿਉਂਕਿ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਪਹਿਲਾ ਦਿਨ 24-8 ਸੀਗਾ। ਇਹ 24 ਤਰੀਕ ਤੋਂ ਕੋਈ ਹਫ਼ਤਾ ਕੁ ਪਹਿਲਾਂ ਮੇਰੇ ਕੋਲ ਲੁਧਿਆਣੇ ਗਏ, ਮੇਰੇ ਦਫ਼ਤਰ ਦੇ ਵਿੱਚ ਆਏ। ਇਹਨਾਂ ਨੇ ਮੈਨੂੰ ਆਪਣੀ ਆ ਕੇ ਮੁਸ਼ਕਲ ਦੱਸੀ। ਅਬਦੁਲ ਲਤੀਫ ਜੀ ਸਾਊਦੀ ਅਰਬ ਜੱਦਾ ਵਿਖੇ ਕੰਮ ਕਰਦੇ ਸੀ, ਕਾਰਾਂ ਦੀ ਡੈਂਟਿੰਗ ਪੈਂਟਿੰਗ ਦੀ, ਜੱਦਾ ਸਾਊਦੀ ਅਰਬ। ਅਤੇ ਉੱਥੋਂ ਵਾਪਸ ਆਏ, ਲੰਬਾ ਸਮਾਂ ਉੱਥੇ ਮਿਹਨਤ ਮਜ਼ਦੂਰੀ ਕੀਤੀ, ਆਪਣਾ ਟੱਬਰ ਡੀਰ ਚਲਾਇਆ। ਅਤੇ ਉੱਥੋਂ ਵਾਪਸ ਆਉਣ ਲੱਗੇ ਮੈਂ ਜੋ ਓਬਜ਼ਰਵ ਕੀਤਾ, ਇੱਕ ਬੜੇ ਸਧਾਰਨ ਵਿਅਕਤੀ ਨੇ, ਬਲਫਰੇਬ ਤੋਂ ਬਿਨਾਂ ਵਿਅਕਤੀ ਨੇ। ਜੇ ਕੋਈ ਬਲਫਰੇਬ ਵਾਲਾ ਵਿਅਕਤੀ ਹੁੰਦਾ ਤਾਂ ਕੋਈ ਨਾ ਕੋਈ ਕਾਰਾਗਰੀ ਕਰਦਾ। ਅਤੇ ਇਹ ਆਉਂਦੇ ਹੋਏ ਜਿਹੜਾ ਉੱਥੋਂ ਇਹਨਾਂ ਨੇ ਮਿਹਨਤ ਮਜ਼ਦੂਰੀ ਕਰਕੇ ਪੈਸੇ ਜੋੜੇ, ਅਤੇ ਉਹਨਾਂ ਪੈਸਿਆਂ ਦੇ ਵਿੱਚੋਂ ਇੱਕ ਸੋਨੇ ਦਾ ਬਿਸਕੁਟ ਲੈ ਆਏ, 50 ਗ੍ਰਾਮ ਦਾ ਵਜ਼ਨ ਸੀਗਾ। ਅਤੇ ਜੇ ਕੋਈ ਇਹਨਾਂ ਦੀ ਜਗ੍ਹਾ 'ਤੇ ਬੰਦਾ ਵਰਕਰੇ ਵਾਲਾ ਹੁੰਦਾ, ਕੋਈ ਚੁਸਤ ਚਲਾਕ ਹੁੰਦਾ, ਅਤੇ ਉਹ ਸੋਹਣੀ ਸੋਹਣੀ ਮੋਟੀ ਸੋਨੇ ਦੀ ਚੇਨ ਕੋਈ ਕੜਾ ਕੁੜਾ ਪਾ ਕੇ ਆ ਜਾਂਦਾ ਤਾਂ ਕਿਸੇ ਨੇ ਪੁੱਛਣਾ ਹੀ ਨਹੀਂ ਸੀ। ਅਤੇ ਜਦੋਂ ਇਹ ਏਅਰਪੋਰਟ 'ਤੇ ਆਏ, ਮੈਂ ਇਹਨਾਂ ਦਾ ਕੇਸ ਇਸ ਕਰਕੇ, ਮੈਂ ਇਹ ਨਹੀਂ ਕਹਿੰਦਾ ਕਿ ਇਸ ਕਰਕੇ, ਕਿਉਂਕਿ ਦਿੱਲੀ ਇੰਟਰਨੈਸ਼ਨਲ ਏਅਰਪੋਰਟ, ਜਿਹਨੂੰ ਮੈਕਸੀਮਮ ਮਜੋਰਟੀ ਦੇ ਵਿੱਚ ਸਾਡਾ ਪੰਜਾਬੀ ਭਾਈਚਾਰਾ ਯੂਜ਼ ਕਰਦਾ, ਵੱਡੀ ਗਿਣਤੀ ਦੇ ਵਿੱਚ ਸਾਡੇ ਪੰਜਾਬੀ ਲੋਕ ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਉੱਤਰਦੇ ਆ ਅਤੇ ਫਲਾਈਟਾਂ ਲੈਂਦੇ ਆ। ਇਹਨਾਂ ਨੇ ਮੈਨੂੰ ਆ ਕੇ ਗੱਲ ਦੱਸੀ ਕਿ ਮੈਂ ਇੱਕ ਆਪਣੀ ਮਿਹਨਤ ਮਜ਼ਦੂਰੀ ਦੇ ਵਿੱਚੋਂ ਸੋਨੇ ਦਾ ਬਿਸਕੁਟ 50 ਗ੍ਰਾਮ ਦਾ ਵਜ਼ਨ ਆ ਅਤੇ ਉਹ ਲੈ। ਜਦੋਂ ਉਹਨਾਂ ਨੇ ਮੈਨੂੰ ਕਿਹਾ ਕਿ ਕੀ ਆ ਤੇਰੇ ਕੋਲ, ਅਤੇ ਮੈਂ ਆਪੇ ਹੀ ਆਪਣੇ ਪਰਸ ਦੇ ਵਿੱਚੋਂ, ਕਿਉਂਕਿ ਬੰਦੇ ਕੋਲ ਇਮਾਨਦਾਰੀ, ਇਹਨੂੰ ਕਿਹੜਾ ਕੋਈ ਇਹ ਸੋਨੇ ਦੀ ਸਮਗਲਿੰਗ ਕਰਨ ਵਾਲਾ ਨਹੀਂ, ਕੋਈ ਬਲੈਕਮੇਲਰ ਨਹੀਂ, ਕੋਈ ਸਮਗਲਰ ਨਹੀਂ, ਤੇਰੇ ਉਹ ਬਿਸਕੁਟ ਕੱਢ ਕੇ ਅਬਦੁਲ ਲਤੀਫ ਜੀ ਹੋਰਾਂ ਨੇ, ਜਿਹੜੇ ਕਸਟਮ ਦੇ ਅਧਿਕਾਰੀ ਸੀਗੇ, ਉਹਨਾਂ ਨੂੰ ਦਿਖਾਤਾ ਵੀ ਮੇਰੇ ਕੋਲ ਇੱਕ ਆ ਸੋਨੇ ਦਾ ਬਿਸਕੁਟ ਵੀ ਹੈ। ਅਤੇ ਉੱਥੇ ਦਲੀਪ ਸਿੰਘ ਸ਼ਾਇਦ ਨਾਮ ਦਾ ਇੱਕ ਕਸਟਮ ਅਧਿਕਾਰੀ ਸੀ, ਇਹਨਾਂ ਦਾ ਸੀਜ਼ਰ ਨੋਟਿਸ ਕੱਟਿਆ ਗਿਆ। ਉਹ ਏਅਰਪੋਰਟ ਦੇ ਉੱਤੇ ਕਸਟਮ ਅਧਿਕਾਰੀਆਂ ਨੇ ਸੋਨੇ ਦਾ ਬਿਸਕੁਟ ਜ਼ਬਤ ਕਰ ਲਿਆ, ਜ਼ਬਤ ਕਰਕੇ ਇਹਨਾਂ ਨੂੰ ਜ਼ਬਤ ਕਰਨ ਦੀ ਇੱਕ ਰਸੀਦ ਕੱਟ ਕੇ ਦੇ ਦਿੱਤੀ ਕਿ ਤੁਸੀਂ ਕਿਸੇ ਕੰਮ ਵਾਲੇ ਦਿਨ ਆ ਜਾਓ, ਇਹਦੇ ਉੱਤੇ ਜੁਰਮਾਨਾ ਲੱਗੇਗਾ, ਅਤੇ ਆਪਣਾ ਜੁਰਮਾਨਾ ਅਦਾ ਕਰਕੇ ਅਤੇ ਤੁਸੀਂ ਇਹ ਸੋਨੇ ਦਾ ਬਿਸਕੁਟ ਲਿਜਾ ਸਕਦੇ।
ਮੇਰੇ ਕੋਲ ਆ ਕੇ ਇਹਨਾਂ ਨੇ ਇੰਨੀ ਗੱਲ ਦੱਸੀ ਅਤੇ ਮੈਂ ਕਿਹਾ ਯਾਰ ਫਿਰ ਹੁਣ ਇੰਟਰਨੈਸ਼ਨਲ ਏਅਰਪੋਰਟ ਬੈਸ ਦਾ ਪੰਜਾਬ ਦਾ ਐਮ ਐਲ ਏ ਆ, ਕੀ ਕੀਤਾ ਕੀ ਜਾਵੇ, ਤੂੰ ਮੇਰੇ ਕੋਲ ਦੋਸਤ ਆ ਮਦਦ ਲਿਆ ਅਤੇ ਅਗਲੀ ਗੱਲ ਦੱਸੀ ਜਦੋਂ ਇਹਨਾਂ ਨੇ, ਅਤੇ ਅਗਲੀ ਗੱਲ ਸੁਣ ਕੇ ਇਹ ਕਹਾਂ ਕਿ ਹੈਰਾਨੀ ਹੋਈ ਕਿ ਚੰਦ ਸਮੇਂ ਵਾਸਤੇ ਏਅਰਪੋਰਟ ਦਿੱਲੀ ਦੇ ਵਿੱਚ ਚੰਦ ਸਮੇਂ ਵਾਸਤੇ ਜਹਾਜ਼ 'ਚੋਂ ਉਤਰਿਆ ਬੰਦਾ, ਬਿਸਕੁਟ ਦਿਖਾਤਾ, ਬਾਹਰ ਆਉਣ ਲੱਗਿਆ, ਬਿਸਕੁਟ ਦੀ ਰਸੀਦ ਕੱਟੀ ਗਈ ਅਤੇ ਚੰਦ ਸਮੇਂ ਲਈ ਉੱਥੇ ਬੰਦਾ ਰਿਹਾ ਅਤੇ ਉੱਥੇ ਗਾਟੀ ਪਾਉਣੀ ਸ਼ੁਰੂ ਕਰਤੀ ਬਈ ਮੰਨ ਲੋਕਾਂ ਨੇ। ਉੱਥੇ ਜਿਹੜਾ ਦਲੀਪ ਸਿੰਘ ਨਾਂ ਦਾ ਮੈਂ ਕਸਟਮ ਅਧਿਕਾਰੀ ਬੋਲ ਕੇ ਹਟਿਆ ਅਤੇ ਉਹ ਇਸ ਦੋਸਤ ਦੇ ਕੋਲ ਆਉਂਦਾ, ਕਹਿੰਦਾ ਕੋਈ ਨਹੀਂ ਤੂੰ ਮੇਰਾ ਫੋਨ ਨੰਬਰ ਲੈ ਜਾ, ਮੇਰੇ ਨਾਲ ਕਰੀ ਸੰਪਰਕ ਅਤੇ ਮੈਂ ਤੇਰਾ ਕੋਈ ਨਾ ਕੋਈ ਵਧੀਆ ਬੰਦੋਬਸਤ ਕਰਕੇ ਦਊਂਗਾ, ਤੇਰਾ ਮੈਂ ਕੋਈ ਨਹੀਂ ਕੰਮ ਕਰਾ ਕੇ ਦਊਂਗਾ। ਇਹ ਦੋਸਤ ਨੇ ਆ ਕੇ ਜੋ ਇਹਨਾਂ ਨੇ ਮੈਨੂੰ ਦੱਸਿਆ, ਇਹਨਾਂ ਨੇ ਆ ਕੇ ਉਹਨੂੰ ਟੈਲੀਫੋਨ ਕੀਤਾ, ਕਹਿੰਦਾ ਤੂੰ 85,000 ਰੁਪਈਆ ਨਾਲ ਲੈ ਕੇ, ਕਹਿੰਦਾ ਕੋਈ ਨਹੀਂ ਤੇਰਾ ਕੰਮ ਕਰਾਵਾਂਗੇ। ਮਤਲਬ ਕਿ ਰਿਸ਼ਵਤਖੋਰੀ ਦੇਖੋ ਕਿੱਥੇ ਕਿੱਥੇ ਬੜੀ ਹੋਈ ਹੈ। ਅਤੇ ਵੇ ਦੋਸਤ ਨੂੰ ਮੈਂ ਨਾ ਜਾਣਾ, ਦੋਸਤ ਮੈਨੂੰ ਨਾ ਜਾਣੇ, ਮੇਰੇ ਹਲਕੇ ਦਾ ਨਹੀਂ, ਪਰ ਜਿੱਥੇ ਰਿਸ਼ਵਤਖੋਰੀ ਦੀ ਗੱਲ ਆਉਂਦੀ ਹੈ ਅਤੇ ਉੱਥੇ ਸਿਮਰਜੀਤ ਬੈਂਸ ਸਾਰੇ ਰਜੇਵੇਂ ਛੱਡ, ਉੱਥੇ ਸਿਮਰਜੀਤ ਬੈਂਸ ਆਪਣੀ ਪਹਿਲੀ ਡਿਊਟੀ ਸਮਝਦਾ ਕਿ ਇੱਥੇ ਜਾ ਕੇ ਤੈਨੂੰ ਪਹਿਰਾ ਦੇਣਾ ਚਾਹੀਦਾ। ਸਮੇਂ ਦੇ ਜਿਹੜੇ ਹਾਕਮੀ ਲੋਕ ਹੈਗੇ, ਸਮੇਂ ਦੀਆਂ ਸਰਕਾਰਾਂ ਨੇ ਜਿਹੜੀਆਂ, ਉਹ ਸਮੇਂ ਦੀਆਂ ਸਰਕਾਰਾਂ ਪੁਲਾਂ ਦੇ ਕੋਲ ਸੜਕਾਂ ਦੇ ਉਦਘਾਟਨ ਕਰਨ ਵਾਸਤੇ ਢਾਕਾਂ 'ਤੇ ਹੱਥ ਰੱਖ ਕੇ ਤਾਂ ਖੜ ਜਾਂਦੇ ਆ। ਸਮੇਂ ਦੇ ਹਕੂਮਤੀ ਲੋਕ ਜਿਹੜੇ ਆ, ਐਮ ਪੀ, ਐਮ ਐਲ ਏ, ਮੰਤਰੀ ਸਾਹਿਬਾਨ, ਉਹ ਵੱਡੇ ਪ੍ਰੋਜੈਕਟਾਂ ਦੇ ਉਦਘਾਟਨ ਕਰਨ ਵਾਸਤੇ ਢਾਕਾਂ 'ਤੇ ਹੱਥ ਰੱਖ ਕੇ ਖੜ ਜਾਂਦੇ ਆ। ਕਦੇ ਉਹਨਾਂ ਨੇ ਗਵਰਨਮੈਂਟ ਦਾ ਮਤਲਬ ਸਮਝਣ ਦਾ ਯਤਨ ਨਹੀਂ ਕੀਤਾ ਕਿ ਸਰਕਾਰ, ਗਵਰਨਮੈਂਟ ਦਾ ਮਤਲਬ ਗੁੱਡ ਗਵਰਨੈਂਸ। ਜੇ ਸਿਰਫ ਉਦਘਾਟਨ ਅਤੇ ਡਿਵੈਲਪਮੈਂਟ ਹੁੰਦੀ ਸੜਕਾਂ ਪੁਲਾਂ ਦੀ, ਅਤੇ ਲੰਬਾ ਸਮਾਂ ਪੰਜਾਬ ਦੇ ਅੰਦਰ ਰਾਸ਼ਟਰਪਤੀ ਰਾਜ ਲੱਗਿਆ ਰਿਹਾ, ਇਹ ਭਾਈ ਸੜਕਾਂ ਪੁਲ ਇਹ ਉਦੋਂ ਵੀ ਬਣਦੇ ਰਹੇ ਆ। ਸੋ ਇਹ ਦੋਸਤ ਨੇ ਜਦੋਂ ਰਿਸ਼ਵਤਖੋਰੀ ਦੀ ਗੱਲ ਦੱਸੀ ਤਾਂ ਦੋਸਤੋ ਮੈਂ ਪਲੈਨ ਤਿਆਰ ਕੀਤਾ, ਮੈਂ ਆਪਣੇ ਦੋਸਤ ਤਿਆਰ ਕੀਤੇ ਕਿ ਕਿਉਂਕਿ ਦਿੱਲੀ ਦੇ ਵਿੱਚ ਸੀ ਬੀ ਆਈ ਰੇਡ ਕਰੇਗੀ, ਮੈਂ ਆਪਣੇ ਦੋਸਤ ਟੀਮ ਇਹਨਾਂ ਦੇ ਨਾਲ ਭੇਜੀ ਜਾ ਕੇ ਸੀ ਬੀ ਆਈ ਦਫ਼ਤਰ, ਜਿਹੜਾ ਸੀ ਜੀ ਓ ਕੰਪਲੈਕਸ ਪ੍ਰਗਤੀ ਮੈਦਾਨ ਦੇ ਨੇੜੇ ਉਹਨਾਂ ਦਾ ਦਫ਼ਤਰ ਹੈ। ਮੈਂ ਇਸ ਕਰਕੇ ਬੋਲ ਰਿਹਾ ਤਾਂ ਕਿ ਜਿਹੜੇ ਸਾਡੇ ਐੱਨ ਆਰ ਆਈ ਪੰਜਾਬੀ ਵੀਰ ਮੈਨੂੰ ਸੁਣ ਰਹੇ ਆ, ਉਹ ਨੋਟ ਕਰਨ ਵੀ ਜਦੋਂ ਏਅਰਪੋਰਟ ਦੇ ਉੱਤੇ ਕੋਈ ਬੇਈਮਾਨ ਤੁਹਾਡੇ ਨਾਲ ਠੱਗੀ ਠੋਰੀ ਕਰਦਾ ਤਾਂ ਆਪਾਂ ਕਰਨਾ ਕੀ ਹੈ, ਆਪਾਂ ਇਹਨਾਂ ਦੀ ਬੇਈਮਾਨੀ ਨੂੰ ਨਕੇਲ ਕਿਵੇਂ ਪਾਉਣੀ ਹੈ। ਮੈਂ ਆਪਣੇ ਦੋਸਤ ਨਾਲ ਭੇਜੇ ਅਤੇ ਉੱਥੇ ਸਾਰਾ ਬੰਦੋਬਸਤ ਤੈਅ ਹੋ ਗਿਆ। 24 ਤਰੀਕ ਦਾ ਟਾਈਮ ਰੱਖਿਆ ਗਿਆ ਦੋਸਤ ਦੇ ਟੈਲੀਫੋਨ ਦੇ ਉੱਤੇ, ਕਸਟਮ ਅਧਿਕਾਰੀ ਨਾਲ ਗੱਲ ਹੁੰਦੀ ਹੈ, 24 ਤਰੀਕ ਦਾ ਸਮਾਂ ਬਣ ਗਿਆ, ਸੀ ਬੀ ਆਈ ਦੀ ਟੀਮ ਤਿਆਰ ਹੋ ਗਈ 24 ਤਰੀਕ ਤੋਂ, ਪਰ ਟਰੈਪ ਸਿਰੇ ਨਹੀਂ ਚੜ ਸਕਿਆ। ਹੁਣ ਤੁਸੀਂ ਸੁਣ ਕੇ ਹੈਰਾਨ ਹੋਵੋਗੇ, ਅਬਦੁਲ ਲਤੀਫ ਵਰਗੇ ਸੈਂਕੜੇ ਲੋਕ, ਇਹਦਾ ਟਾਈਮ ਨਹੀਂ ਲੱਗਿਆ, ਸੀ ਬੀ ਆਈ ਨੇ ਰੇਡ ਕਰ ਲਿਆ ਉਸ ਦਿਨ, ਸੈਂਕੜੇ ਲੋਕ ਜਿਹੜੇ ਰਿਸ਼ਵਤ ਦੇ ਕੇ ਆਪਣਾ ਸਮਾਨ ਪ੍ਰਾਪਤ ਕਰਦੇ ਆ, ਉਹਨਾਂ ਲੋਕਾਂ ਦੀ ਉੱਥੇ ਵੱਡੀ ਗਿਣਤੀ ਭੀੜ ਹੋਣ ਕਾਰਨ ਉਸ ਦਿਨ ਟਰੈਪ ਨਹੀਂ ਲੱਗ ਸਕਿਆ। 24 ਤਰੀਕ ਮੈਨੂੰ ਇਸ ਕਰਕੇ ਯਾਦ ਆ ਕਿਉਂਕਿ 24 ਤਰੀਕ ਨੂੰ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦਾ ਪਹਿਲਾ ਦਿਨ ਸੀ ਸ਼ਰਧਾਂਜਲੀਆਂ ਦਾ, ਮੈਂ ਉਹ ਪਹਿਲਾ ਦਿਨ ਸ਼ਰਧਾਂਜਲੀਆਂ ਵਾਲਾ ਛੱਡਿਆ, ਪੰਜਾਬ ਵਿਧਾਨ ਸਭਾ ਦਾ ਸੈਸ਼ਨ ਪਹਿਲਾ ਦਿਨ ਇਸ ਕਰਕੇ ਛੱਡਿਆ ਕਿ ਜਿਹੜੀ ਅੰਤਰਰਾਸ਼ਟਰੀ ਏਅਰਪੋਰਟ ਦੇ ਉੱਤੇ ਮੈਜੋਰਟੀ ਦੇ ਵਿੱਚ ਜਿੱਥੇ ਪੰਜਾਬੀ ਉਤਰਦੇ ਆ, ਪੰਜਾਬੀ ਚੜ੍ਹਦੇ ਆ ਅਤੇ ਸਾਡੇ ਪੰਜਾਬੀ ਭਾਈਚਾਰੇ ਨਾਲ ਬਹੁਤ ਵੱਡੀ ਪੱਧਰ 'ਤੇ ਠੱਗੀ ਬਣਦੀ ਆ, ਉੱਥੇ ਜਾ ਕੇ ਕਰਮ ਕਰਨਾ ਪਹਿਲੀ ਡਿਊਟੀ ਹੈ। 24 ਤਰੀਕ ਨੂੰ ਕੰਮ ਨਾ ਬਣ ਸਕਿਆ ਅਤੇ ਫਿਰ ਦੂਸਰੀ ਤਰੀਕ ਰੱਖੀ ਗਈ ਜਦੋਂ ਸੈਟਿੰਗ ਕਰਨ ਲਈ ਦੁਬਾਰਾ, ਵੀ 30 ਤਰੀਕ ਨੂੰ
ਗਏ ਅਤੇ ਟਰੈਪ ਲੱਗਿਆ, ਸਫਲ ਹੋਇਆ, ਪਰ ਕੁਦਰਤ ਦਾ ਕਹਾਂਗਾ ਕਿ ਮੇਰਾ ਉੱਥੇ ਹੋਣਾ ਮਨਜ਼ੂਰ ਨਹੀਂ ਸੀ। ਮੇਰੇ ਪਿਤਾ ਜੀ ਬਹੁਤ ਸਖਤ ਬਿਮਾਰ ਸੀ, ਮੈਨੂੰ ਭਾਈ ਸਾਹਿਬ ਦਾ ਫੋਨ ਆਇਆ ਅਤੇ ਮੈਂ ਦਿੱਲੀ ਤੋਂ ਵਾਪਸ ਆ ਤਕਰੀਬਨ ਮੇਰਾ ਖਿਆਲ 8:30 ਵਜੇ ਬੇਈਮਾਨ ਕਸਟਮ ਅਧਿਕਾਰੀ 3 ਫੜੇ ਗਏ। ਪੈਸੇ ਦੋਸਤ ਕੋਲੋਂ 1 ਮੰਗਦਾ ਸੀ, ਪਰ ਮੈਂ CBI ਦੀ ਦਾਤ ਦਿੰਦਾ ਕਿ CBI ਨੇ ਉਹਦੇ 2 ਦੋਸਤ ਹੋਰ ਜਿਹੜੇ ਕਸਟਮ ਅਧਿਕਾਰੀ ਉਹਦੇ ਨਾਲ ਰਲੇ ਹੋਏ ਸੀ ਲੋਕਾਂ ਨੂੰ ਲੁੱਟਣ ਵਾਸਤੇ, ਉਹ ਵੀ ਆਪਣੇ ਟਰੈਪ ਦੇ ਵਿੱਚ ਸ਼ਾਮਿਲ ਕੀਤੇ। 700 ਰੈਲ ਰਸੀਦ ਕੱਟੀ ਗਈ, 42,000 ਇੰਡੀਅਨ ਕਰੰਸੀ ਦੀ ਰਸੀਦ ਕੱਟੀ ਗਈ ਅਤੇ 15,000 ਰੁਪਈਆ ਇਹ ਦੋਸਤ ਦੇ ਕੋਲੋਂ ਰਿਸ਼ਵਤ ਲਈ ਗਈ। ਅਤੇ ਮੈਂ ਹੋਰ ਦੱਸਦਾ, ਇਹ ਮਾਤੜ ਸਾਥੀ ਆ ਇਹਦੇ ਕੋਲੇ, ਇਹਨੇ ਜਦੋਂ ਮੇਰੇ ਕੋਲੇ ਆਇਆ ਦੱਸਿਆ ਕਿ ਮੇਰੇ ਕੋਲੇ ਬੈਂਸ ਸਾਹਿਬ ਪੈਸਾ ਕੋਈ ਨਹੀਂ, ਮੇਰੇ ਕੋਲੇ ਕੋਈ ਪੈਸਾ ਨਹੀਂ ਸੋਨੇ ਦਾ ਬਿਸਕੁਟ ਛਡਾਉਣ ਵਾਸਤੇ, 700 ਰਿਆਲ ਕਹਿੰਦਾ ਸਿਰਫ ਮੇਰੇ ਕੋਲੇ ਆ ਅਤੇ 57,000 ਰੁਪਈਆ, 42,000 ਰੁਪਈਏ ਕੈਸ਼ ਦੀ ਰਸੀਦ, 15,000 ਰੁਪਈਆ ਰਿਸ਼ਵਤ, ਅਤੇ ਮੈਂ ਇਹ ਦੋਸਤ ਨੂੰ ਆਪਣੇ ਕੋਲੋਂ ਪੈਸੇ ਦੇ ਦਿੱਤੇ ਕਿ ਆਲਾ ਜਾ ਕੇ ਦੇ CBI ਨੂੰ ਪੈਸੇ, CBI ਲਾਵੇ ਅਤੇ ਰੰਗ 'ਤੇ ਕਿਸੇ ਬੇਈਮਾਨ ਫੜਕੇ ਜਿਹੜਾ ਸਾਡੇ ਭਾਈਚਾਰੇ ਨੂੰ ਲੁੱਟ ਰਹੇ ਆ ਉੱਥੇ, ਕਮ ਸੇ ਕਮ ਇੱਕ ਨਕੇਲ ਪਵੇ, ਇੱਕ ਡਰ ਦਾ ਮਾਹੌਲ ਪੈਦਾ ਹੋਵੇ ਕਿ ਹਾਂ ਜੇ ਏਅਰਪੋਰਟ ਦੇ ਅੰਦਰ ਜਿੱਥੇ ਉਹ ਆਪਣੀ ਡਿਕਟੇਟਰਸ਼ਿਪ ਕਾਇਮ ਕੀਤੀ ਹੋਈ, ਆਮ ਕਿਸੇ ਨੂੰ ਅੰਦਰ ਵੈਲਕਮ ਤੱਕ ਨਹੀਂ ਦਿੰਦੇ, ਚਿੜੀ ਫਰ ਨਹੀਂ ਮਾਰ ਸਕਦੀ, ਮੱਖੀ ਹਿੱਲ ਨਹੀਂ ਸਕਦੀ, ਐਸੇ ਏਅਰਪੋਰਟਾਂ ਦੇ ਉੱਤੇ ਹਾਲਾਤ ਬਣੇ ਹੁੰਦੇ ਆ, ਅਤੇ ਉੱਥੇ ਵੀ ਇਹ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ। 42,000 ਰੁਪਈਆ ਨਗਦ ਇੰਡੀਅਨ ਕਰੰਸੀ ਦੀ ਰਸੀਦ, 700 ਸਾਊਦੀ ਅਰਬ ਦੀ ਜਿਹੜੀ ਕਰੰਸੀ ਰਿਆਲ ਹੈਗੀ ਹੈ, 700 ਰਿਆਲ ਦੀ ਰਸੀਦ ਅਤੇ 15,000 ਰੁਪਈਆ ਰਿਸ਼ਵਤ, ਅਤੇ ਉਹ ਰਿਸ਼ਵਤ ਰੰਗੇ ਹੱਥੀਂ ਫੜੀ ਗਈ। ਕਸਟਮ ਅਧਿਕਾਰੀ 1 ਸੀਗਾ ਅਤੇ ਉਹਦੇ 2 ਹੋਰ ਸਾਥੀ ਇਸ ਸਕੈਮ ਦੇ ਵਿੱਚ ਸ਼ਾਮਿਲ ਹੋਏ। ਸੋ ਮੈਂ ਜਿੱਥੇ ਇਸ ਭਰਾ ਦਾ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ ਕਰਦਾ ਅਤੇ ਮੈਂ ਉਸ ਵਾਹਿਗੁਰੂ ਦਾ ਸ਼ੁਕਰੀਆ ਅਦਾ ਕਰਦਾ, ਮੈਂ ਉਸ ਭਗਵਾਨ ਦਾ ਸ਼ੁਕਰੀਆ ਅਦਾ ਕਰਦਾ ਜਿਹਨੇ ਹਮੇਸ਼ਾ ਆਸ਼ੀਰਵਾਦ ਦਿੱਤਾ ਤੁਹਾਡੇ ਪਿਆਰ ਦਾ ਰਿਣੀ ਹੈ, ਜਿਨ੍ਹਾਂ ਨੇ ਹਮੇਸ਼ਾ ਦੁਆਵਾਂ ਦਿੱਤੀਆਂ ਨੇ ਤੁਹਾਡੀਆਂ ਦੁਆਵਾਂ ਦੇ ਬਲਬੂਤੇ ਦੇ ਉੱਤੇ, ਪੰਜਾਬ ਦੇ ਅੰਦਰੋਂ ਰਿਸ਼ਵਤਖੋਰੀ ਖਤਮ ਕਰਨ ਵਾਸਤੇ। ਮੈਨੂੰ ਕਈ ਵਾਰੀ ਜਦੋਂ ਮੈਂ ਕਾਲਜ ਦੇ ਪ੍ਰੋਗਰਾਮਾਂ ਫੰਕਸ਼ਨਾਂ 'ਚ ਜਾਂਦਾ, ਕਈ ਬੱਚੇ ਮੈਨੂੰ ਸਵਾਲ ਕਰਦੇ, ਇੱਕ ਵਾਰੀ ਮੈਂ ਲਾਅ ਕਾਲਜ ਦੇ ਵਿੱਚ ਗਿਆ, ਇੰਟਰੈਕਸ਼ਨ ਹੋਈ ਅਤੇ ਇੱਕ ਮੈਨੂੰ ਉੱਥੇ ਬੱਚੀ ਨੇ ਸਵਾਲ ਕੀਤਾ ਕਹਿੰਦੀ ਬੈਨ ਸਾਹਿਬ ਅਸੀਂ ਯੂਟਿਊਬ 'ਤੇ ਅਕਸਰ ਤੇਰੀਆਂ ਵੀਡੀਓਜ਼ ਦੇਖਦੇ ਹਾਂ, ਕਦੇ ਕਿਸੇ ਬੇਈਮਾਨ ਕਦੇ ਕਿਸੇ ਮਹਿਕਮੇ ਦੇ ਵਿੱਚ ਲੋਕਾਂ ਦੀ ਸੁਣਵਾਈ ਵਾਸਤੇ, ਤੇਰੇ ਇਕੱਲੇ ਦੇ ਕਰਨ ਨਾਲ ਕੀ ਹੋਵੇ? ਅਤੇ ਮੈਂ ਉਸ ਬੱਚੀ ਨੂੰ ਜਵਾਬ ਦਿੱਤਾ, ਮੈਂ ਬੇਟਾ ਇੱਕ ਜੰਗਲ ਦੇ ਵਿੱਚ ਅੱਗ ਲੱਗ ਗਈ, ਬਹੁਤ ਭੀਸ਼ਮ ਅੱਗ ਲੱਗੀ ਅਤੇ ਨਾਲ ਦੀ ਇੱਕ ਦਰਿਆ ਵਗਦਾ, ਇੱਕ ਚਿੜੀ ਕੀ ਕਰ ਰਹੀ ਹੈ ਦਰਿਆ ਦੇ ਵਿੱਚੋਂ ਚੁੰਝ ਭਰ ਕੇ ਜੰਗਲ ਦੀ ਅੱਗ ਦੇ ਉੱਤੇ ਸਿੱਟ ਰਹੀ ਹੈ, ਨਾਲ ਦੀ ਤੇਰੇ ਵਰਗਾ ਬੇਟਾ ਕੋਈ ਬੁੱਧੀਮਾਨ ਪੜ੍ਹਿਆ ਲਿਖਿਆ ਸੱਜਣ ਜਾਵੇ, ਉਹ ਕਹਿੰਦਾ ਚਿੜੀਏ ਕੀ ਕਮਲ ਕੁੱਟੀ ਜਾਂਦੀ ਹੈ, ਤੇਰੀ ਚੁੰਝ ਭਰ ਕੇ ਅੱਗ ਦੇ ਉੱਤੇ ਪਾਉਣ ਨਾਲ ਅੱਗ ਨਹੀਂ ਬੁਝਣ ਲੱਗੀ ਜੰਗਲ ਦੀ। ਅਤੇ ਉਹ ਚਿੜੀ ਨੇ ਜਵਾਬ ਦਿੱਤਾ ਵੀ ਜਦੋਂ ਇਤਿਹਾਸ ਲਿਖਿਆ ਜਾਣਾ ਮੇਰਾ ਨਾਮ ਅੱਗ ਬੁਝਾਉਣ ਵਾਲਿਆਂ ਦੀ ਲਿਸਟ ਦੇ ਵਿੱਚ ਆਏ। ਸੋ ਅੱਜ ਪੰਜਾਬ ਦੇ ਅੰਦਰ ਜਿੰਨੇ MP MLA ਨੇ ਮੇਰੇ ਸਾਥੀ ਹੈਗੇ ਆ ਸਾਰੇ, ਮੈਂ ਸਾਰਿਆਂ ਦਾ ਰਿਸਪੈਕਟ ਕਰਦਾ, ਪਰ ਸਾਰਿਆਂ ਨੂੰ ਆਦਰ ਸਾਹਿਬ ਬੇਨਤੀ ਕਰਦਾ, ਕਮ ਸੇ ਕਮ ਆਪੋ ਆਪਣੇ ਹਲਕੇ ਦਾ ਜ਼ੁੰਮਾ ਚੱਕ ਲਓ, ਆਪੋ ਆਪਣੇ ਹਲਕੇ ਦਾ ਜ਼ੁੰਮਾ ਚੱਕ ਲਓ ਕਿ ਅਸੀਂ ਆਪਣੇ ਹਲਕੇ ਦੇ ਲੋਕਾਂ ਨੂੰ ਲੁੱਟਣ ਨਹੀਂ ਦੇਣਾ, ਅਸੀਂ ਕਿਸੇ ਸਰਕਾਰੀ ਅਫਸਰ ਨੂੰ ਆਪਣੇ ਇਲਾਕੇ ਦੇ ਲੋਕਾਂ ਨੂੰ ਜਲੀਲ ਕਰਕੇ ਰਿਸ਼ਵਤ ਨਹੀਂ ਲੈਣ ਦੇਣਾ। ਅਤੇ ਮਜ਼ਾਲ ਨਹੀਂ ਗਾ ਕਿ ਜਿਹੜਾ ਸਾਡਾ ਇਹ ਸਿਸਟਮ ਬਣ ਗਿਆ, ਸੰਗਠਨ ਬਣ ਗਿਆ, ਜਿਹਦੇ ਵਿੱਚ ਪੋਲੀਟੀਸ਼ੀਅਨ, ਜਿਹਦੇ ਵਿੱਚ ਬਿਊਰੋਕ੍ਰੇਸੀ ਅਤੇ ਸਰਕਾਰੀ ਮੁਲਾਜ਼ਮਤ ਰਲ ਕੇ ਲੋਕਾਂ ਨੂੰ ਲੁੱਟ ਰਹੇ ਆ, ਅਤੇ ਸਵਾਲ ਪੈਦਾ ਨਹੀਂ ਹੁੰਦਾ ਕੋਈ ਸਰਕਾਰੀ ਮੁਲਾਜ਼ਮ ਅਤੇ ਅਫਸਰ ਕਿਸੇ ਨੂੰ ਲੁੱਟ ਜੇ। ਅੱਜ ਤਾਂ ਅਨਫਾਰਚੂਨੇਟਲੀ ਇੱਕ ਦੁਖਾਂਤ ਸਾਡਾ, ਸਰਕਾਰੀ ਅਫਸਰ ਕਿੱਥੇ ਜਾਣ, ਮੈਂ ਨਹੀਂ ਕਹਿੰਦਾ ਕਿ ਸਾਰੇ ਮਾੜੇ ਪੈਂਦੇ, ਕਿੱਥੇ ਜਾਣ, ਤਹਿਸੀਲਾਂ ਵਿਕਦੀਆਂ ਨੇ, ਥਾਣੇ ਵਿਕਦੇ ਆ,
ਡੀਸੀਆਂ ਦੀਆਂ ਕੁਰਸੀਆਂ ਵਿਕਦੀਆਂ ਨੇ, ਐਸ ਡੀ ਐਮਾਂ ਦੀਆਂ ਕੁਰਸੀਆਂ ਵਿਕਦੀਆਂ ਨੇ, ਜਿਹੜੇ ਲੋਕ ਆ ਪਿੱਛੇ ਜੇ ਤਹਿਸੀਲਦਾਰ ਦਾ ਵੀਡੀਓ ਕਿੰਨਾ ਵਾਇਰਲ ਹੋਇਆ ਜਿਹੜਾ ਕਹਿੰਦਾ ਵੀ ਮੈਂ 1,00,000 ਰੁਪਇਆ ਦੇ ਕੇ ਤਹਿਸੀਲਦਾਰ ਦੀ ਕੁਰਸੀ ਲਈ ਹੈ। ਅਤੇ ਅੱਜ ਉਹ ਲੋਕ ਕਿੱਥੇ ਜਾਣ, ਕਿਸੇ ਅਫਸਰ ਨੇ ਫਰਜ਼ ਕਰੋੜ ਰੁਪਇਆ ਦੇ ਕੇ ਕੋਈ ਪੋਸਟਿੰਗ ਲਈ ਹੈ, 1,00,000 ਰੁਪਇਆ ਦੇ ਕੇ ਕੋਈ ਕੁਰਸੀ ਪ੍ਰਾਪਤ ਕੋਈ ਦਫ਼ਤਰ ਲਿਆ, ਅਤੇ ਜਿੰਨੀ ਦੇਰ ਤੱਕ ਫਿਰ ਉਹਨੂੰ ਗੁਣਾ ਦੋਸਤੋ 100 ਨਹੀਂ ਨਾ ਕਰਦਾ ਅਤੇ ਉਹਦਾ ਧੰਦਾ ਨਹੀਂ। ਸੋ ਅੱਜ ਸਿਸਟਮ ਨੂੰ ਤੋੜਨ ਦੀ ਜ਼ਰੂਰਤ ਹੈ। ਜਿਹੜਾ ਰਾਜਨੀਤੀ ਦੇ ਵਿੱਚ ਕਰਪਸ਼ਨ ਦੀ ਦਲਦਲ ਅਤੇ ਗੰਦਗੀ ਆਈ ਹੋਈ ਹੈ, ਉਹਨੂੰ ਗੰਦਗੀ ਨੂੰ ਸਾਫ਼ ਕਰਨ ਦੀ ਜ਼ਰੂਰਤ ਆ। ਮੈਂ ਇਸ ਦੋਸਤ ਦਾ ਧੰਨਵਾਦੀ ਹਾਂ ਅਤੇ ਮੈਂ ਸਾਰੇ NRI ਪੰਜਾਬੀ ਭਰਾਵਾਂ ਨੂੰ, ਮੈਂ ਸਾਰੇ ਉਹਨਾਂ ਦੋਸਤਾਂ ਨੂੰ ਜਿਹੜੇ ਅਕਸਰ ਜਹਾਜ਼ਾਂ ਦਾ ਸਫ਼ਰ ਕਰਦੇ ਹੋਏ ਏਅਰਪੋਰਟਾਂ ਦੇ ਉੱਤੇ ਲੁੱਟੇ ਜਾਂਦੇ ਆ, ਮੈਂ ਉਹਨਾਂ ਨੂੰ ਅਪੀਲ ਅਤੇ ਬੇਨਤੀ ਕਰਦਾ, ਰਿਕੁਐਸਟ ਕਰਦਾ ਕਿ ਜਦੋਂ ਕੋਈ ਕਿਸੇ ਵੀ ਏਅਰਪੋਰਟ ਦੇ ਉੱਤੇ ਤੁਹਾਡੇ ਨਾਲ ਕੋਈ ਇੱਦਾਂ ਦਾ ਭਾਣਾ ਵਰਤਦਾ, ਕੋਈ ਪੈਸੇ ਮੰਗਦਾ, ਮੈਂ ਬੋਲ ਕੇ ਹਟਿਆ CGO ਕੰਪਲੈਕਸ ਪ੍ਰਗਤੀ ਮੈਦਾਨ ਦੇ ਨੇੜੇ CBI ਦਾ ਦਫ਼ਤਰ ਆ, ਇੱਕ ਕਾਗਜ਼ ਦੇ ਉੱਤੇ 2 ਅੱਖਰ ਲਿਖ ਕੇ ਲੈ ਜਾਓ, ਤਿਆਰ ਬੈਠੀ ਹੁੰਦੀ ਹੈ ਉਹਨਾਂ ਦੀ ਟੀਮ। ਕੋਈ ਦਿੱਕਤ ਪ੍ਰੋਬਲਮ ਆਵੇ ਤਾਂ ਦੋਸਤੋ ਮੇਰੇ ਨਾਲ ਰਾਇ ਕਰ ਲਿਓ, ਮੈਂ ਸਾਰੇ ਰੁਝੇਵੇਂ ਛੱਡ ਕੇ ਇਸ ਕਰਪਸ਼ਨ ਦੀ ਦਲਦਲ ਨੂੰ ਸਾਫ਼ ਕਰਨ ਦੇ ਵਿੱਚ ਤੁਹਾਡਾ ਸਾਥੀ ਬਣ ਕੇ ਜ਼ਰੂਰ ਚੱਲਾਂਗਾ। ਮੈਂ ਫਿਰ ਜਿੱਥੇ ਤੁਹਾਡਾ ਸਾਰਿਆਂ ਦਾ ਰਿਣੀ ਆ, ਇਸ ਦੋਸਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹਨੇ ਦਲੇਰੀ ਕਰਕੇ ਹੌਸਲਾ ਕਰਕੇ ਮੇਰੇ ਕੋਲ ਆਇਆ, ਅਤੇ ਤੁਹਾਡੀਆਂ ਦੁਆਵਾਂ ਨਾਲ ਮੈਂ ਇਸ ਦੋਸਤ ਦੇ ਨਾਲ ਜਾ ਕੇ ਇਸ ਸਿਸਟਮ ਦੇ ਵਿੱਚੋਂ ਜਿੰਨਾ ਕਰ ਸਕਦਾ ਸੀ ਉਹ ਕਰਕੇ ਆਇਆ। ਥੈਂਕ ਯੂ ਵੈਰੀ ਮੱਚ। ਸਾਰਾ ਦਿਨ ਉੱਥੇ ਰੋਟੀ ਨਹੀਂ ਛੱਕੀ, ਦਿਨ ਪਹਿਲਾਂ ਟ੍ਰੈਪ ਸੀ, ਰਾਤ ਨੂੰ ਖਾਧੀ 12 ਵਜੇ ਜਾ ਕੇ। ਇੱਕ ਮੇਰੀ ਸਾਰੇ ਮੀਡੀਆ ਨੂੰ ਗੁਜ਼ਾਰਿਸ਼ ਹੈਗੀ ਆ, ਜਿਹੜੀ ਤਾਂ ਹੈਗੀ ਆ ਚੋਣਾਂ ਵਾਲੀਆਂ ਵੋਟਾਂ ਵਾਲੀ ਖਬਰ, ਇਹ ਬੜੀ ਇੰਪੋਰਟੈਂਟ ਆ, ਕਰਪਸ਼ਨ ਨਾਲ ਰਿਲੇਟਡ ਹੈਗੀ। ਚੋਣਾਂ ਦੀ ਅਤੇ ਕਰਪਸ਼ਨ ਦੀ ਖਬਰ ਨੂੰ ਪਲੀਜ਼ ਰਿਲਗਾਟ ਨਾ ਕਰਿਓ, ਡਿਫਰੈਂਸ਼ੀਏਟ ਕਰਕੇ ਲਾਓ। ਗੁਰਪਿਆਰੋ, ਰਿਸ਼ਵਤਖੋਰੀ ਕਿਸੇ ਵੀ ਮਾਮਲੇ ਦੇ ਵਿੱਚ ਕਿਤੇ ਵੀ ਚੱਲ ਰਹੀ ਹੋਵੇ, ਸਾਨੂੰ ਅਜਿਹੇ ਅਫਸਰਾਂ ਨੂੰ ਬੇਨਕਾਬ ਕਰਨਾ ਹੀ ਚਾਹੀਦਾ ਹੈ, ਕਿਉਂਕਿ ਜਿੰਨੀਆਂ ਗੰਦੀਆਂ ਆਦਤਾਂ ਅਸੀਂ ਉਹਨਾਂ ਨੂੰ ਲਾਵਾਂਗੇ, ਉਨੀਆਂ ਹੀ ਗੰਦੀਆਂ ਆਦਤਾਂ ਉਹਨਾਂ ਨੂੰ ਪੈਂਦੀਆਂ ਜਾਣਗੀਆਂ ਅਤੇ ਅੱਗੇ ਵੱਧਦੀਆਂ ਜਾਣਗੀਆਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਹੋਰ ਜ਼ਿਆਦਾ ਨੁਕਸਾਨਣਗੀਆਂ। ਇਸ ਕਰਕੇ ਜਿਹੜਾ ਵੀ ਭ੍ਰਸ਼ਟ ਅਫਸਰ ਤੁਹਾਡੇ ਸਾਹਮਣੇ ਆਉਂਦਾ ਹੈ ਜਾਂ ਤੁਹਾਨੂੰ ਲੱਗਦਾ ਹੈ ਕਿ ਇਹ ਇਨਸਾਨ ਗਲਤ ਫਾਇਦਾ ਚੱਕ ਰਿਹਾ ਹੈ ਆਪਣੀ ਕੁਰਸੀ ਦਾ, ਉਸਨੂੰ ਬੇਨਕਾਬ ਕਰਨ ਦੇ ਵਿੱਚ ਮਦਦ ਕਰਿਆ ਕਰੋ, ਜਾਂ ਸਿਮਰਜੀਤ ਸਿੰਘ ਬੈਂਸ ਵਰਗੇ ਅਜਿਹੇ MLA ਨੂੰ ਦੱਸਿਆ ਕਰੋ ਜੋ ਲੋਕਾਂ ਦੀ ਭਲਾਈ ਵਾਸਤੇ ਲੋਕਾਂ ਦੀ ਜ਼ਿੰਮੇਵਾਰੀ ਨੂੰ ਆਪਣੀ ਜ਼ਿੰਮੇਵਾਰੀ ਸਮਝ ਕੇ ਨਿਭਾਉਂਦਾ ਹੈ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ, ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।